ਡੀਐਸਪੀ ਸਾਡੇ ਇਨਵੈਸਟੀਗੇਸ਼ਨ ਹਰਪ੍ਰੀਤ ਮੰਡੇਰ ਜੀ ਔਰ ਛਾਟਾ ਦੇ ਵਿੱਚ ਸਾਡੇ ਅਮਨਦੀਪ ਇੰਸਪੈਕਟਰ ਸੀਆਈਏ ਉਹਨਾਂ ਨੇ ਅਸੀਂ ਜਿਹੜੇ ਬੜੇ ਨੋਟੋਰੀਅਸ ਅਤੇ ਬਦਨਾਮ ਕ੍ਰਿਮੀਨਲਸ ਫੜੇ ਹੈ 6 ਜਣੇ ਔਰ 4 ਵੈਪਨ ਉਹਨਾਂ ਤੋਂ ਰਿਕਵਰ ਹੋਏ 3 ਪਿਸਟਲ ਨੇ 1 12 ਬੋਰ ਦੀ ਗੰਨ ਹੈ ਔਰ ਨਾਲ ਰਾਊਂਡਸ ਨੇ ਉਹਦੇ 'ਚ ਜਸ਼ਨ ਸਿੰਘ ਏਲੀਅਸ ਛਿੰਨੀ ਇੱਕ ਕੋਟਲੀ ਸੱਕਾ ਰਾਜਾ ਸੰਸੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਟੋਟਲ ਜਿਹੜੇ ਹੈ 17 ਮੁਕੱਦਮੇ ਨੇ ਹੀਨੀਅਸ ਕ੍ਰਾਈਮ ਦੇ ਜਿਹ 'ਚ ਐਕਸਟੋਰਸ਼ਨ ਵੀ ਹੈ ਮਰਡਰ ਵੀ ਹੈ ਅਟੈਂਪਟ ਟੂ ਮਰਡਰ ਹੈ NDPS ਦੇ ਵੀ ਮੁਕੱਦਮੇ ਨੇ ਗੁਰਸਾਜਨ ਸਿੰਘ ਦੇ ਲਈ ਛੀਨੀ ਇਹ ਹੁਣ ਜੋ ਲੇਟੈਸਟ ਪਤਾ ਲੱਗਿਆ ਕਿਸੇ ਵਾਰਦਾਤ ਦੀ ਅੰਜਾਮ ਨੂੰ ਦੇਣ ਦੀ ਤਾਕਤ ਦੇ ਵਿੱਚ ਸੀਗੇ ਔਰ ਪਲੈਨਿੰਗ ਕਰ ਰਹੇ ਸੀ ਆਪਣਾ ਗਰੁੱਪ ਦੁਬਾਰਾ ਕ੍ਰੀਏਟ ਕਰ ਰਿਹਾ ਸੀਗਾ ਇਹਦੇ 'ਚ ਦੂਸਰੇ ਜਿਹੜੇ ਬੰਦੇ ਫੜੇ ਗਏ ਉਹ ਹੈਗਾ ਪਾਰਸ ਏਲੀਅਸ ਰਾਜਾ ਇਹ ਛਾਟੇ ਦਾ ਹੈ ਆਕਾਸ਼ਵੀਰ ਏਲੀਅਸ ਯਾਦੀ ਇਹ ਸੁਲਤਾਨਵਿੰਡ ਅੰਮ੍ਰਿਤਸਰ ਮਨਪ੍ਰੀਤ ਏਲੀਅਸ ਮਨੂ ਇਹ ਪੱਤੀ ਬਲੋਲ ਸੁਲਤਾਨਵਿੰਡ ਅੰਮ੍ਰਿਤਸਰ ਆਕਾਸ਼ਦੀਪ ਸੁਧਾਰ ਰਾਜਪੂਤਾ ਖਿਲਚੀਆਂ ਅੰਮ੍ਰਿਤਸਰ ਰੂਰਲ ਸੁਖਵਿੰਦਰ ਏਲੀਅਸ ਸੁੱਖਾ ਗੰਡੀਵਿੰਡ ਤਰਨ ਤਾਰਨ ਸੋ ਇਹਦੇ 'ਚ ਜਿਹੜਾ ਇਹ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਛੀਨੀ ਜਿਹੜਾ ਆਪਣਾ ਇੱਕ ਗਰੁੱਪ ਬਣਾ ਕੇ ਪਹਿਲਾਂ ਵੀ ਜਿਵੇਂ ਤੁਹਾਨੂੰ ਦੱਸਿਆ ਕਿ ਹੀਨੀਅਸ ਕ੍ਰਾਈਮ ਦੇ ਵਿੱਚ ਸੀਗਾ ਇਹਨਾਂ ਦੀ ਜਿਹੜੀ ਰਾਈਵਲਰੀ ਵੀ ਪਤਾ ਲੱਗੀ ਹੈ ਇਸ ਗੈਂਗ ਦੀ ਪੁਰਾਣੀ ਉਹ ਸੀਗੀ ਅਮਰਵੀਰ ਏਲੀਅਸ ਗੋਪੀ ਮਾਹਲ ਗੈਂਗ ਨਾਲ ਅਤੇ ਇਹਦੇ 'ਚ ਮੁਕੱਦਮਾ ਸੀ ਔਰਗਨਾਈਜ਼ ਕ੍ਰਾਈਮ ਦੇ ਤਹਿਤ ਦਰਜ ਕੀਤਾ ਥਾਣੇ ਛਾਟਾ 'ਚ ਇਹਦੇ 'ਚ ਅੱਗੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਡਿਟੇਲਸ ਔਰ ਇਹ ਗੱਲ ਇਹਦੇ 'ਚ ਸਾਹਮਣੇ ਆਈ ਹੈ ਮੁੱਢਲੀ 'ਚ ਕਿ ਹੁਣੇ ਫਾਈਨੈਂਸ਼ੀਅਲ ਰੀਜ਼ਨਸ ਕਰਕੇ ਡਰੱਗ ਟ੍ਰੇਡ ਨਾਲ ਵੀ ਅਲਾਈਨਮੈਂਟ ਇਹਨਾਂ ਦੀ ਸਾਹਮਣੇ ਆਈ ਹੈ ਉਹ ਡਿਟੇਲਸ ਅਸੀਂ ਇਹਨਾਂ ਦੀ ਪੁੱਛਗਿੱਛ ਅੱਗੇ ਇਨਵੈਸਟੀਗੇਟ ਕਰ ਰਹੇ ਹਾਂ ਅਜੇ ਭਾਅ ਜੀ ਉਹੀ ਦੱਸ ਰਹੇ ਹਾਂ ਸਾਰਾ ਇਹਨਾਂ ਦੀ ਵੈਰੀਫਿਕੇਸ਼ਨ ਕਰਨੀ ਹੈ ਮੂਵਮੈਂਟ ਦੀ ਐਕਟੀਵਿਟੀਜ਼ ਦੀ ਅਤੇ ਇਹਨਾਂ ਦੀ ਪੁੱਛਗਿੱਛ ਵੀ ਅਲੱਗ ਅਲੱਗ ਹੋਣੀ ਹੈ ਉਹ ਤੋਂ ਆਪਾਂ ਨੂੰ ਹੋਰ ਗੱਲਾਂ ਸਾਫ ਜੋ ਬੇਸਿਕ ਮੁੱਢਲੀ ਗੱਲ ਆਈ ਹੈ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ ਅਜੇ ਇਹ ਕਹਿੰਦੇ ਸੀ ਅਸੀਂ ਕੋਈ ਨਾ ਕੋਈ ਮਤਲਬ ਵਾਰਦਾਤ ਅੰਜਾਮ ਦੇਣੀ ਸੀ ਅਜੇ ਤਾਂ ਇਕੱਠੇ ਹੀ ਹੋ ਰਹੇ ਸੀਗੇ ਕਾਹਦੇ ਬਾਰੇ ਜੀ ਗੈਂਗਸਟਰ ਦੀ ਅਜੇ ਸਾਡੇ ਕੋਈ ਇਹੋ ਜਿਹੀ ਤਾਜ਼ਾ ਤਾਂ ਨਹੀਂ ਹੈਗੀ ਜੀ ਉਹ ਜਿੰਨੀਆਂ ਕੁ ਹੈਗੀਆਂ ਪਿੱਛੇ ਜੇ ਤੁਹਾਨੂੰ ਪਤਾ ਇੱਕ ਆਪਣੇ ਹੋਰ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਇੱਕ ਮੀਡੀਆ ਪਰਸਨ ਨੂੰ ਵੀ ਆਈ ਸੀ ਉਹ ਵੀ ਅਸੀਂ ਟਰੇਸ ਕਰ ਲਿਆ ਜੀ ਸਾਰਾ ਬੱਤੀ ਬੋਰ ਦੇ ਹੈਗੇ ਜੀ ਅੱਜ ਕੱਲ੍ਹ ਤੁਹਾਨੂੰ ਪਤਾ ਮੱਧ ਪ੍ਰਦੇਸ਼ ਅਤੇ ਇੱਧਰ ਪਹਿਲਾਂ ਆਪਾਂ ਰਾਜਸਥਾਨ ਤੋਂ ਗੰਗਾਨਗਰ ਤੋਂ ਆ ਰਹੇ ਹੈ ਬਾਹਰਲੀਆਂ ਸਟੇਟਾਂ ਤੋਂ ਕਾਫੀ ਆਰਮਸ ਦੀ ਅਵੇਲੇਬਿਲਟੀ ਵੀ ਹੈ ਅਤੇ ਉੱਥੋਂ ਸਪਲਾਈ ਵੀ ਹੈਗੀ ਜੀ ਪੰਚਾਇਤੀ ਵਾਲੀ ਭਾਈ ਸਾਹਿਬ ਕੋਈ ਗੱਲ ਨਾ ਆਈ ਨਹੀਂ ਇਹਨਾਂ ਦੇ ਵਿੱਚ ਵੀ ਹਾਂ ਪਰ ਇਹ ਹੈ ਵੀ ਜਦੋਂ ਬੰਦੇ ਕੋਲ ਹਥਿਆਰ ਆ ਜਾਂਦਾ ਕੋਈ ਗਲਤ ਸੰਪਰਕ 'ਚ ਆ ਗਿਆ ਕੋਈ ਨਾ ਵੀ ਗਲਤ ਕਾਰਵਾਈ ਕਰ ਜਾਂਦੇ ਜਿਹੜਾ ਤੀਸਰਾ ਕੇਸ ਹੈ ਜੀ ਉਹ ਬੜਾ ਇੰਪੋਰਟੈਂਟ ਹੈ ਵੇਰਕੇ ਦੇ ਵਿੱਚ